ਲੈ ਕੇ 1000 ਰੁਪਿਆ ਗਊ ਟੈਕਸ ਅਸੀਂ ਦਿੰਨੇ ਆ। ਜਦੋਂ ਓਵਰਟੇਕ ਕਰ ਲੱਗੇ ਤੇ ਇੱਕ ਅਵਾਰਾ ਪਸ਼ੂ ਮੂਹਰੋਂ ਆਇਆ ਤੇ ਜਿਸ ਨੇ ਉਹ ਮੌਤ ਦਾ ਸਾਇਆ ਬਣ ਕੇ ਅਵਾਰਾ ਪਸ਼ੂ ਘੁੰਮ ਰਿਹਾ ਸੀ ਕਿ ਤਿੰਨੇ ਵੀਰ ਸਾਡੇ ਦੋ ਵੀਰ ਤਾਂ ਮੌਕੇ ਤੇ ਜੋ ਸਕੇ ਭਰਾ ਸੀ ਉਹ ਮੌਕੇ ਤੇ ਹੀ ਆਪਣੇ ਸਵਾਸ ਤੇ ਆ ਗਏ ਤੇ ਕਿ ਪੰਜ ਕਕਾਰ ਪਾ ਕੇ ਉਹ ਮੂਤ ਪੀਂਦਾ ਵਾ ਗਊ ਮੂਤ ਤੇ। ਪਰ ਮੈਨੂੰ ਜ਼ਰੂਰ ਦੱਸਿਓ ਕਿ ਰਾਜੀਵ ਗਾਂਧੀ ਦੀ ਪੰਜਾਬ ਨੂੰ ਦੇਣ ਕੀ ਆ। 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਿਆਂ ਦੀ ਗੱਲ ਹੋਵੇ ਤਾਂ ਮੈਂ ਤੁਹਾਡਾ ਰਾਜੂ ਧਾਲੀਵਾਲ ਅਮੇਜ਼ਨ ਟੀਵੀ ਤੋਂ। ਸੋ ਅੱਜ ਅਸੀਂ ਆਏ ਹਾਂ ਪਿੰਡ ਹਲਵਾਰੇ। ਸੋ ਉਸ ਵੀਰ ਇਨਕਲਾਬ ਜਿੰਦਾਬਾਦ ਲਹਿਰ ਦੇ ਸੁਖਵਿੰਦਰ ਹਲਵਾਰਾ ਨੂੰ ਮਿਲ ਜੀ। ਇਹਨਾਂ ਨੇ ਪਹਿਲਾ ਮੁੱਦਾ ਚੱਕਿਆ ਏਅਰਪੋਰਟ ਦਾ ਜੀ, ਜਿਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇ। ਸੋ ਅੱਜ ਵੀਰ ਹੁਣਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਭ ਤੋਂ ਪਹਿਲਾਂ ਅਮੇਜ਼ਿੰਗ ਟੀਮ ਦੀ ਸਮੂਹ ਟੀਮ ਨੂੰ ਅਤੇ ਜਿਹਨੇ ਦਰਸ਼ਕ ਮੈਨੂੰ ਅਮੇਜ਼ਿੰਗ ਟੀਵੀ ਦੇ ਥਰੂ ਦੇਖ ਰਹੇ ਨੇ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਨਕਲਾਬ ਜ਼ਿੰਦਾਬਾਦ ਜੀ। ਇਨਕਲਾਬ ਜ਼ਿੰਦਾਬਾਦ ਜੀ। ਸੋ ਬਾਈ ਜੀ, ਤੁਸੀਂ ਆਪਣੀ ਲਹਿਰ ਦੇ ਵਿੱਚ ਇੱਕ ਮੁੱਦਾ ਚੱਕਿਆ ਵੀ ਆਪਣੇ ਜਿਹੜਾ ਏਅਰਪੋਰਟ ਬਣ ਰਿਹਾ ਇੱਥੇ ਐਸੀਆਂ ਨੇ, ਉਹਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇ ਜੀ, ਅਤੇ ਇਹ ਤੁਹਾਡੀ ਗੱਲਬਾਤ ਕਿੱਥੇ ਤੱਕ ਪਹੁੰਚੀ ਜੇ ਵਿਸਤਾਰ ਰੂਪ ਸਾਨੂੰ ਜ਼ਰੂਰ ਦੱਸੋ ਜੀ। ਜੀ ਇਹ ਦੇਖੋ ਜੀ, ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਐਤਿਆਣੇ ਪਿੰਡ ਦੇ ਕੋਲ, ਹਲਵਾਰੇ ਦੇ ਕੋਲ ਇੱਕ ਅੰਤਰਰਾਸ਼ਟਰੀ ਏਅਰਪੋਰਟ ਅੱਡਾ ਬਣ ਰਿਹਾ ਵਾ ਜੀ, ਅਤੇ ਇਸ ਐਤਿਆਣੇ ਪਿੰਡ ਤੋਂ ਕਰੀਬ 5 ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਸਰਾਭਾ ਪਿੰਡ ਵੱਸਦਾ ਵਾ, ਅਤੇ ਪੂਰੇ ਸੰਸਾਰ ਭਰ ਵਿੱਚ ਬੈਠੇ ਪੰਜਾਬੀ ਉਸ ਸਰਾਭੇ ਪਿੰਡ ਦੇ ਇਤਿਹਾਸ ਤੋਂ ਜਾਣੂ ਨੇ ਕਿ ਉੱਥੋਂ ਇੱਕ ਨੌਜਵਾਨ ਜਿਹਨੇ 18.5 ਸਾਲ ਦੀ ਉਮਰ ਦੇ ਵਿੱਚ ਆਪਣੀ ਜਵਾਨੀ, ਆਪਣੀ ਜ਼ਿੰਦਗੀ ਦੇਸ਼ ਕੌਮ ਦੇ ਲਿਖੇ ਰਾਹ 'ਤੇ ਇੱਕ ਭਾਰਤ ਨੂੰ ਆਜ਼ਾਦ ਕਰਨ ਦੇ ਲਈ, ਉਹ ਸਨ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ। ਸੋ ਸ਼ਹੀਦਾਂ ਨੂੰ ਸਤਿਕਾਰ ਦਿਵਾਉਣ ਦੇ ਲਈ ਸਾਡੀ ਲਹਿਰ ਦੀ ਅਸੀਂ ਸਭ ਤੋਂ ਪਹਿਲਾਂ ਸਾਡੀ ਇਹ ਮੰਗ ਸੀ ਵੀ ਉਸ ਦਾ ਨਾਮ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਰੱਖਿਆ ਜਾਵੇ ਜੀ। ਅਤੇ ਇਹ ਜਿਹੜੀ ਤੁਹਾਡੀ ਮੰਗ ਸੀ, ਇਹ ਮੰਗ ਪੱਤਰ ਤੁਸੀਂ ਕਿਸੇ ਨੂੰ ਦਿੱਤਾ ਜੀ, ਕਿਸੇ ਅਫਸਰ ਨੂੰ? ਜੀ ਇਹ ਅਸੀਂ ਉਸ ਤੋਂ ਬਾਅਦ ਜੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦਸਤਖਤ ਮੁਹਿੰਮ ਇੱਕ ਸ਼ੁਰੂ ਕੀਤੀ, ਜਿਸ ਦੇ ਵਿੱਚ ਸਾਨੂੰ ਬਹੁਤ ਸੋਹਣਾ ਸਮਰਥਨ ਮਿਲਿਆ ਇਲਾਕੇ ਦੇ ਵੱਲੋਂ ਕਿ 4500 ਸਿਗਨੇਚਰ ਅਸੀਂ ਸਾਰੇ ਇਲਾਕਾ ਨਿਵਾਸੀਆਂ ਦੇ ਵੱਲੋਂ ਕਰਵਾਏ ਅਤੇ DC ਸਾਹਿਬ ਨੂੰ ਉਹ ਮੰਗ ਪੱਤਰ ਅਸੀਂ ਦੇਤਾ ਸੀਗਾ ਜੀ। ਠੀਕ ਆ ਜੀ, ਉਸ ਤੋਂ ਬਾਅਦ ਕੋਈ ਉਹਦਾ ਰਿਜ਼ਲਟ ਜੀ? ਜੀ ਉਸ ਤੋਂ ਬਾਅਦ ਕੀ ਆ ਕਿ ਦੇਖੋ, ਇੱਕ ਮੰਗ ਪੱਤਰ ਸੌਂਪਣ ਦੇ ਨਾਲ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ, ਅਤੇ ਸਾਨੂੰ DC ਸਾਹਿਬ ਨੇ ਭਰੋਸਾ ਦਵਾਇਆ ਕਿ ਤੁਹਾਡੀ ਜੋ ਮੰਗ ਆ ਉਹ ਬਿਲਕੁਲ ਜਾਇਜ਼ ਆ ਅਤੇ ਇਸ ਦਾ ਨਾਮ ਜ਼ਰੂਰ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਹੋਣਾ ਚਾਹੀਦਾ। ਅਸੀਂ ਪੰਜਾਬ ਸਰਕਾਰ ਦੇ ਨਾਲ, ਕੇਂਦਰ ਸਰਕਾਰ ਦੇ ਨਾਲ ਇਸ ਵਿਸ਼ੇ ਦੇ ਉੱਤੇ ਜ਼ਰੂਰ ਅਸੀਂ ਉਹਨਾਂ ਨੂੰ ਇਹ ਸੰਦੇਸ਼ ਪਹੁੰਚਾਵਾਂਗੇ ਕਿ ਇਲਾਕਾ ਨਿਵਾਸੀਆਂ ਦੀ ਇਹ ਮੰਗ ਵਾ ਕਿ ਇਸ ਦਾ ਨਾਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਰੱਖਿਆ ਜਾਵੇ। ਸੋ ਇਹ ਜ਼ਿੰਮੇਵਾਰੀ ਸਾਡੀ ਇੱਥੇ ਖਤਮ ਨਹੀਂ ਹੋਈ। ਉਸ ਤੋਂ ਬਾਅਦ ਸਾਡੀ ਆਮ ਆਦਮੀ ਪਾਰਟੀ ਦੀ ਨੌਜਵਾਨ ਆਗੂ ਅਨਮੋਲ ਗਗਨਮਾਨ ਭੈਣ, ਉਹ ਵੀ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਆਈ ਆ, ਉਸਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ। ਸੀਨੀਅਰ ਪੱਤਰਕਾਰ ਜੋ ਸਾਡੇ ਵੀਰ ਸੁੱਖ ਜਗਰੋਂ ਨੇ, ਉਹ ਵੀ ਆਏ ਨੇ, ਉਹਨਾਂ ਨੇ ਵੀ ਸਾਨੂੰ ਬਹੁਤ ਸੋਹਣਾ ਸਮਰਥਨ ਦਿੱਤਾ ਵਾ। ਉਸ ਤੋਂ ਬਾਅਦ ਸਾਡੇ ਹਲਕੇ ਦੇ ਚਾਹੇ MLAs ਨੇ ਚਾਹੇ MPs ਨੇ, ਉਹਨਾਂ ਨੇ ਵੀ ਆਪਣੇ ਜੋ ਇੱਕ ਅਖਬਾਰ ਦੇ ਵਿੱਚ ਬਿਆਨ ਛਾਪੇ ਆ ਕਿ ਇਸ ਦਾ ਨਾਮ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਰੱਖਿਆ ਜਾਵੇ ਜੀ। ਜੀ ਜੀ। ਅਤੇ ਇੱਕ ਬਾਈ ਜੀ, ਤੁਹਾਡੀ ਹੋਰ ਬਹੁਤ ਵੀਡੀਓ ਵਾਇਰਲ ਹੋਈ ਆ, ਗੁਰਸਿਮਰ ਸਿੰਘ ਮੰਡ ਜੀ, ਉਹਨਾਂ ਨਾਲ ਤੁਹਾਡੀ ਕੀ ਕੋਈ ਫੋਨ 'ਤੇ ਗੱਲਬਾਤ ਹੋਈ ਸੀ ਜੀ? ਜੀ ਬਿਲਕੁਲ ਜੀ, ਅਸੀਂ ਦੇਖੋ ਜੋ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਸੀ, ਉਹਨਾਂ ਦੀ ਜੋ ਸ਼ਹੀਦੀ ਸੀ ਉਹ ਕਿਸੇ ਇੱਕ ਵਰਗ ਦੇ ਲਈ ਨਹੀਂ ਸੀਗੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ ਸੀਗੀ, ਪੂਰੇ ਭਾਰਤ ਨੂੰ ਆਜ਼ਾਦ ਕਰਨ ਦੇ ਲਈ ਸਾਨੂੰ ਆਪਦੀ ਗੱਲ ਕਰਨ ਦੇ ਲਈ ਆਪਣਾ ਹੱਕ ਹੋਣਾ ਚਾਹੀਦਾ ਵਾ, ਸਾਡੇ ਭਾਰਤ ਦਾ ਆਪਣਾ ਇੱਕ ਝੰਡਾ ਹੋਣਾ ਚਾਹੀਦਾ, ਜਿਸ ਨੂੰ ਆਪਾਂ ਜੋ ਗਦਰ ਲਹਿਰ ਦਾ ਝੰਡਾ ਜਿਨ੍ਹਾਂ ਨੇ ਇੱਕ ਸਥਾਪਿਤ ਕੀਤਾ ਸੀਗਾ। ਸੋ ਸਾਡੀ ਸਾਰੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਉਹ ਸਰਾਭਾ ਜੀ ਦੇ ਨਾਂ 'ਤੇ ਰੱਖਿਆ ਜਾਵੇ, ਪਰ ਜੋ ਇੱਕ ਕਾਂਗਰਸੀ ਆਗੂ ਸੀਗਾ ਕਿ ਜਿਵੇਂ ਪਤਾ ਹੀ ਹੈ ਕਿ ਪੰਜ ਕਕਾਰ ਪਾ ਕੇ ਉਹ ਮੂਤ ਪੀਂਦਾ ਵਾ, ਗਊ ਮੂਤਰ ਦਾ ਸੇਵਨ ਕਰਦਾ, ਉਹ ਬੰਦਾ ਉੱਠ ਕੇ ਬਿਆਨ ਦਿੰਦਾ ਵਾ ਕਿ ਏਅਰਪੋਰਟ ਦਾ ਨਾਮ ਰਾਜੀਵ ਗਾਂਧੀ ਨਾਂ 'ਤੇ ਰੱਖਿਆ ਜਾਵੇ। ਸੋ ਮੈਂ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਹੋ ਸਕਦਾ ਕਿ ਮੈਨੂੰ ਨਾ ਪਤਾ ਹੋਵੇ, ਅਤੇ ਪਰ ਮੈਨੂੰ ਜ਼ਰੂਰ ਦੱਸਿਓ ਕਿ ਰਾਜੀਵ ਗਾਂਧੀ ਦੀ ਪੰਜਾਬ ਨੂੰ ਦੇਣ ਕੀ ਆ। ਸੋ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਰਾਜੀਵ ਗਾਂਧੀ ਦਾ ਸਾਡੇ 'ਤੇ ਕੋਈ ਉਹਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ। ਸੋ ਚਾਹੇ ਉਹ 84 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਿਆਂ ਦੀ ਗੱਲ ਹੋਵੇ, ਅਤੇ ਚਾਹੇ ਉਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੋਵੇ ਦਿੱਲੀ ਦੇ ਵਿੱਚ, ਅਤੇ ਰਾਜੀਵ ਗਾਂਧੀ ਦਾ ਬਹੁਤ ਵੱਡਾ ਹੱਥ ਸੀਗਾ ਉਹ ਦੰਗਿਆਂ ਦੇ ਵਿੱਚ। ਸੋ ਸਾਨੂੰ ਪੰਜਾਬੀਆਂ ਨੂੰ ਕਦੇ ਇਹ ਗੱਲ ਕਬੂਲ ਨਹੀਂ ਹੋਊਗੀ ਕਿ ਅਸੀਂ ਰਾਜੀਵ ਗਾਂਧੀ ਨਾਂ 'ਤੇ ਰੱਖੀਏ। ਸੋ ਉਸ ਦੇ ਲਈ ਉਹਨੂੰ ਇੱਕ ਸਿਰਫ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦਾ ਪਾਠ ਪੜ੍ਹਾਉਣ ਦੇ ਲਈ, ਸਿਰਫ ਇੱਕ ਮੰਡ ਨੂੰ ਜੋ ਕਰਤਾਰ ਸਿੰਘ ਸਰਾਭਾ ਜੀ ਨੇ ਉਹਨਾਂ ਤੋਂ ਜਾਣੂ ਕਰਵਾਉਣ ਦੇ ਲਈ ਮੈਂ ਫੋਨ ਕੀਤਾ ਸੀ, ਪਰ ਉਸ ਤੋਂ ਬਾਅਦ ਉਸ ਸੱਜਣ ਨੇ ਮੇਰਾ ਫੋਨ ਕੱਟਤਾ, ਉਸ ਤੋਂ ਬਾਅਦ ਮੈਂ ਕਾਲਾਂ ਵੀ ਕਰਦਾ, ਮੇਰਾ ਨੰਬਰ ਵੀ ਬਲੌਕ ਲਿਸਟ 'ਚ ਪਾਤਾ, ਅਤੇ ਦੁਬਾਰਾ ਉਸ ਬੰਦੇ ਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਜੀ। ਅਤੇ ਇੱਕ ਬਾਈ ਜੀ, ਤੁਹਾਡੀ ਹੋਰ ਵੀਡੀਓ ਵਾਇਰਲ ਹੋਈ ਸੀ, ਰਾਏਕੋਟ ਤੁਸੀਂ ਇੱਕ ਧਾਰਨਾ ਦਿੱਤਾ ਸੀ ਅਵਾਰਾ ਪਸ਼ੂਆਂ 'ਤੇ ਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਬਿਲਕੁਲ ਜੀ, ਜਿਵੇਂ ਸਾਡੇ 3 ਵੀਰ ਸੀਗੇ ਜੀ, 2 ਭਰਾ ਸਕੇ ਸੀਗੇ ਰਾਏਕੋਟ ਤੋਂ ਅਤੇ 1 ਵੀਰ ਸਾਡਾ ਸੁਧਾਰ ਤੋਂ ਸੀਗਾ ਜੀ।
ਇਹ ਨਾ ਜਾ ਰਹੇ ਸੀਗੇ ਆਪਣਾ ਇੱਥੋਂ ਸਧਾਰ ਤੋਂ ਰਾਏਕੋਟ ਜਾ ਰਹੇ ਸੀਗੇ। ਚਲੋ ਹਾਈਵੇ ਆ ਜੀ, ਹਾਈਵੇ ਦੇ ਉੱਤੇ ਗੱਡੀ ਵੀ ਸਪੀਡ ਨਾਲ ਹੋਊਗੀ, ਟਰਾਲੇ ਨੂੰ ਓਵਰਟੇਕ ਕਰਨ ਲੱਗੀ। ਜਦੋਂ ਓਵਰਟੇਕ ਕਰਨ ਲੱਗੇ ਤਾਂ ਇੱਕ ਅਵਾਰਾ ਪਸ਼ੂ ਮੂਹਰੋਂ ਆਇਆ, ਅਤੇ ਜਿਸ ਨੇ ਉਹ ਮੌਤ ਦਾ ਸਾਇਆ ਬਣ ਕੇ ਅਵਾਰਾ ਪਸ਼ੂ ਘੁੰਮ ਰਿਹਾ ਸੀ ਕਿ ਤਿੰਨੇ ਵੀਰ ਸਾਡੇ ਦੋ ਵੀਰ ਤਾਂ ਮੌਕੇ 'ਤੇ ਜੋ ਸਕੇ ਭਰਾ ਸੀ ਉਹ ਮੌਕੇ 'ਤੇ ਹੀ ਆਪਣੇ ਸਵਾਸਥ ਆ ਗਏ, ਅਤੇ ਜਿਹੜਾ ਵੀਰ ਸੁਧਾਰ ਦਾ ਸੀ ਉਹਦਾ ਇਲਾਜ ਚੱਲ ਰਿਹਾ ਸੀ, ਇਲਾਜ ਦੇ ਅਧੀਨ ਵੀ ਉਹ ਆਪਣੇ ਸਵਾਸ ਪੂਰੇ ਕਰ ਗਿਆ। ਸੋ ਸਾਡਾ ਉਹ ਧਰਨ ਦਾ ਦੇਣ ਦਾ ਜੋ ਮਕਸਦ ਸੀਗਾ ਕਿ ਦੇਖੋ ਜੀ, ਮੈਂ ਫਿਰ ਵੀ ਇੱਕ ਜੋ ਮੈਂ ਅੰਕੜੇ ਸ਼ਾਇਦ ਗਲਤ ਨਾ ਹੋਣ ਕਿ ਤੁਸੀਂ ਇੱਕ ਸ਼ੋਰੂਮ ਦੇ ਵਿੱਚੋਂ ਜੇਕਰ ਸਕੂਟਰੀ ਖਰੀਦਦੇ ਹਾਂ ਤਾਂ ਅਸੀਂ 200 ਰੁਪਈਆ ਗਊਸੈਂਸ ਦਿੰਦੇ ਹਾਂ ਇੱਕ ਸਕੂਟਰੀ ਦਾ, ਅਤੇ ਜੇਕਰ ਅਸੀਂ ਗੱਡੀ ਖਰੀਦਦੇ ਹਾਂ ਤਾਂ ਗੱਡੀ ਦੇ ਵਿੱਚ 500 ਤੋਂ ਲੈ ਕੇ 1000 ਰੁਪਈਆ ਗਊ ਟੈਕਸ ਅਸੀਂ ਦਿੰਦੇ ਹਾਂ। ਸੋ ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਹੋਵੇ, ਉਹਦੇ ਵਿੱਚ ਵੀ ਅਸੀਂ ਗਊ ਟੈਕਸ ਜੋ ਭੁਗਤਾਨ ਕਰਦੇ ਹਾਂ। ਸੋ ਇਹ ਕੰਮ ਸਰਕਾਰਾਂ ਦੇ ਬਣਦੇ ਆ ਕਿ ਚਾਹੇ ਨਵੀਆਂ ਗਊਸ਼ਾਲਾ ਖੋਲੀਆਂ ਜਾਣ, ਜੋ ਮਰਜ਼ੀ ਕਰਨ, ਪਰ ਜੋ ਅਵਾਰਾ ਪਸ਼ੂ ਮੌਤ ਦੇ ਸਾਏ ਬਣ ਕੇ ਰੋਡਾਂ ਦੇ ਉੱਤੇ ਘੁੰਮ ਰਹੇ ਨੇ, ਜਿਨ੍ਹਾਂ ਦੇ ਕਰਕੇ ਸਾਡੇ ਪਿਛਲੇ ਸਮਿਆਂ ਦੇ ਵਿੱਚ ਵੀ ਕਾਫੀ ਨੌਜਵਾਨ ਵੀਰ, ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ ਵੀ ਜੋ ਆਪਣੀਆਂ ਜ਼ਿੰਦਗੀਆਂ ਛੱਡ ਕੇ ਇੱਥੋਂ ਚਲੇ ਗਏ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਵਾਰਾ ਪਸ਼ੂਆਂ ਤੋਂ ਬਹੁਤ ਜ਼ਿਆਦਾ ਖਤਰਾ ਵਾ। ਸੋ ਅਸੀਂ ਉਸ ਦੇ ਲਈ ਧਰਨਾ ਦਿੱਤਾ ਸੀ ਵੀ ਜ਼ਰੂਰ ਇਸ ਦਾ ਕੋਈ ਹੱਲ ਕੀਤਾ ਜਾਵੇ, SDM ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ, ਪਰ ਮਾੜੀ ਕਿਸਮਤ ਸਾਡੇ ਪੰਜਾਬੀਆਂ ਦੀ, ਮਾੜੀ ਕਿਸਮਤ ਕਿ ਜਿੰਨਾ ਚਿਕਰ ਅਫਸਰਾਂ ਦੇ ਆਪਦੇ ਜਵਾਕ, ਲੀਡਰਾਂ ਦੇ ਆਪਦੇ ਜਵਾਕਾਂ ਨੂੰ ਕੋਈ ਹਾਨੀ ਨਾ ਪਹੁੰਚੇ, ਉਨਾ ਚਿਕਰ ਕੋਈ ਸਿਸਟਮ ਸਾਡੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੁੰਦਾ। ਇੱਕ ਮੰਗ ਪੱਤਰ ਦਿੱਤਾ ਸੀ, ਪਰ ਅੱਜ ਵੀ ਅਵਾਰਾ ਪਸ਼ੂ ਉੱਦਾਂ ਹੀ ਘੁੰਮ ਰਹੇ ਨੇ ਜਿਵੇਂ ਪਹਿਲਾਂ ਘੁੰਮ ਰਹੇ ਸੀਗੇ ਜੀ। ਦੇਖੋ ਜੀ, ਆਪਾਂ ਸਰਕਾਰ 'ਤੇ ਹਰੇਕ ਬਲੇਮ ਲਾਉਂਦੇ ਹਾਂ, ਚਲੋ ਮੈਂ ਮੰਨਦਾ ਵੀ ਸਰਕਾਰ ਦੀ ਵੀ ਕੁਛ ਗਲਤੀ ਆ, ਪਰ ਜਿਹੜੇ ਆਪਣੇ ਪਿੰਡਾਂ ਵਾਲੇ ਵੀਰ ਆ, ਇਹ ਵੀ ਡੰਗਰ ਪਾਲਦੇ, ਜਦੋਂ ਦੁੱਧ ਦਿਨੋਂ ਹਟ ਜਾਂਦਾ ਜਾ ਕੇ ਸੜਕਾਂ 'ਤੇ ਛੱਡ ਦਿੰਦੇ ਆ, ਇਹਨਾਂ ਬਾਰੇ ਕੀ ਕਹੋਗੇ ਤੁਸੀਂ? ਨਹੀਂ ਦੇਖੋ ਜੀ, ਇਹ ਤਾਂ ਜੇਕਰ ਤੁਸੀਂ ਹੁਣ ਲਾ ਲਓ ਸਾਹਿਬ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵਾਂ। ਅੱਜ ਜ਼ਹਿਰੀਲੀ ਸ਼ਰਾਬ ਦੇ ਕਰਕੇ 185 ਮੌਤਾਂ ਹੋ ਗਈਆਂ, ਕੀ ਜ਼ਹਿਰੀਲੀਆਂ ਸ਼ਰਾਬਾਂ ਤੋਂ ਦਿਖੀਆਂ ਨਹੀਂ? ਜੇ 185 ਪਰਿਵਾਰ ਆਪਣੇ ਪਰਿਵਾਰਕ ਜੀਆਂ ਤੋਂ ਹੱਥ ਧੋ ਕੇ ਬਹਿ ਗਏ ਤਾਂ ਸਰਕਾਰ ਨੂੰ ਨਜ਼ਰ ਆਇਆ, ਅਤੇ ਜਿਹੜੀ ਆਪਾਂ CID ਵਿਭਾਗ ਦੀ ਗੱਲ ਕਰਦੇ ਉਹ ਤਾਂ ਸਾਨੂੰ ਕਹਿੰਦੇ ਵੀ ਇਕੱਲੇ ਇਕੱਲੇ ਬੰਦੇ ਉੱਤੇ ਨਜ਼ਰ ਆ ਸਾਡੀ। ਸੋ ਉੱਦਾਂ ਹੀ ਅਵਾਰਾ ਪਸ਼ੂਆਂ ਦੀ ਗੱਲ ਮੈਂ ਕਰਨ ਲੱਗਿਆ ਵਾਂ, ਪਿੰਡਾਂ ਦੇ ਵਿੱਚ ਸਾਡੇ ਕਿਸਾਨ ਭਰਾ, ਸਾਡੇ ਹੋਰ ਭਰਾ ਠੇਕੇ ਦਿੰਦੇ ਆ, ਠੇਕੇ ਦਿੰਦੇ ਆ, ਅਤੇ ਜਿਹੜੇ ਗਾਵਾਂ ਲੈਣ ਆਉਂਦੇ ਆ ਉਹ ਕੀ ਕਰਦੇ ਆ, ਉੱਥੋਂ ਗਾਵਾਂ ਲੈ ਲੈਂਦੇ ਆ, ਜਾਂ ਉਹ ਨੇੜੇ ਲੱਗਦਾ ਰੈਕੋਡ ਛੱਡ ਦਿੰਦੇ ਆ, ਉਹ ਜਗਰਾਉਣ ਛੱਡ ਦਿੰਦੇ ਆ। ਪਰ ਇਹ ਕੋਈ ਸਥਾਈ ਹੱਲ ਨਹੀਂ ਹੈਗਾ, ਇਸ ਜੋ ਕੰਮ ਆ ਇਹਦੇ ਉੱਤੇ ਸਰਕਾਰ ਨੂੰ ਚੁਕੰਨੇ ਹੋਣਾ ਪੈਣਾ ਵਾ। ਜੇਕਰ ਕੋਈ ਵੀ ਬੰਦਾ ਅਵਾਰਾ ਪਸ਼ੂ ਰੋਡ ਦੇ ਉੱਤੇ ਛੱਡਦਾ ਦਿਖਦਾ ਵਾ, 302-307 ਇਰਾਦਾ ਏ ਕਤਲ, ਅਤੇ ਜਾਂ ਕਤਲ ਦਾ ਜੇ ਭਾਰ ਧਾਰਾਵਾਂ ਉਹਨਾਂ ਉੱਤੇ ਪਾਈਆਂ ਜਾਣਗੀਆਂ ਤਾਂ ਹੋ ਸਕਦਾ ਕਿ ਅਵਾਰਾ ਪਸ਼ੂਆਂ ਦੀ ਇਹ ਸਮੱਸਿਆ ਤੋਂ ਸਾਨੂੰ ਰਾਹਤ ਮਿਲ ਸਕੇ। ਠੀਕ ਆ ਜੀ, ਤੁਸੀਂ ਦੱਸਿਆ ਵੀ ਇਹ ਠੇਕੇ ਲੈਂਦੇ ਆ, ਉੱਥੇ ਜਾ ਕੇ ਦੂਜੇ ਪਿੰਡ ਛੱਡ ਦਿੰਦੇ ਆ, ਹੈ ਨਾ, ਅਤੇ ਜਿਹੜੇ ਪਿੰਡ ਨੇ ਠੇਕਾ ਦਿੱਤਾ ਵਾ ਉਹ ਪਿੰਡ ਵਾਲਾ ਬੰਦਾ ਨਾਲ ਕਿਉਂ ਨਹੀਂ ਜਾਂਦਾ ਵੀ ਇਹ ਇੱਕ ਸੇਫ ਜਗ੍ਹਾ 'ਤੇ ਇਹਨੂੰ ਗਾਵਾਂ ਨੂੰ ਪਹੁੰਚਾਇਆ ਜਾਵੇ ਜਾਂ ਸਰਕਾਰ ਤੱਕ ਇਹਨਾਂ ਦੀ ਪਹੁੰਚ ਹੋਵੇ? ਇਹ ਸਰਕਾਰ ਦੀ ਤਾਂ ਗਲਤੀ ਨਹੀਂ, ਠੇਕਾ ਉਹਨਾਂ ਨੇ ਪ੍ਰਾਈਵੇਟ ਬੰਦਿਆਂ ਨੇ ਦਿੱਤਾ, ਅਤੇ ਪ੍ਰਾਈਵੇਟ ਬੰਦਿਆਂ ਦਾ ਫਰਜ਼ ਬਣਦਾ ਵੀ ਨਾਲ ਜਾ ਕੇ ਉਹਨੂੰ ਮੰਜ਼ਿਲ 'ਤੇ ਪਹੁੰਚਾਇਆ ਜਾਵੇ। ਉਹ ਕਿਉਂ ਕਰਦੇ ਆ ਵੀ ਇੱਥੋਂ ਛੱਡ ਕੇ ਉਹ ਪਿੰਡ 'ਚ ਆਪਦੇ ਕੋਲੋਂ ਲਾਹ ਕੇ ਦੂਜੇ 'ਤੇ ਪਾ ਦਿਉ? ਇਹਦੇ ਬਾਰੇ ਕੀ ਕਹੋਗੇ ਤੁਸੀਂ? ਨਹੀਂ ਦੇਖੋ ਜੀ, ਜਾਂ ਤਾਂ ਸਰਕਾਰ ਨੇ ਕੋਈ ਸਰਵਿਸਾਂ ਚਲਾਈਆਂ ਹੋਣ, ਸਰਕਾਰ ਨੇ ਜਿਵੇਂ ਕੋਈ ਵੀ SDM ਬੰਦੇ ਆ, ਜੋ ਸਾਡੇ ਅਧਿਕਾਰੀ ਬੈਠੇ ਨੇ ਉਹਨਾਂ ਨੇ ਡਿਊਟੀਆਂ ਲਾਈਆਂ ਹੋਣ ਵੀ ਪਿੰਡਾਂ ਪਿੰਡਾਂ ਦੇ ਵਿੱਚੋਂ ਸਾਡੇ ਵਿਭਾਗ ਜਾਊਗਾ, ਸਾਡਾ ਵਿਭਾਗ ਆਪ ਹੀ ਗਊਆਂ ਚੱਕੂਗਾ ਜੀ, ਸਾਡਾ ਵਿਭਾਗ ਚੱਕ ਕੇ ਉਹਨੂੰ ਗਊਸ਼ਾਲਾ ਦੇ ਵਿੱਚ ਛੱਡੂਗਾ, ਉਹਨਾਂ ਦੀ ਸਾਂਭ ਸੰਭਾਲ ਕਰੂਗਾ, ਤਾਂ ਪ੍ਰਾਈਵੇਟ ਠੇਕਿਆਂ ਦੀ ਤਾਂ ਗੱਲ ਹੀ ਮੁੱਕ ਜੂਗੀ। ਜੇਕਰ ਸਰਕਾਰ ਕੰਮ ਨਹੀਂ ਕਰਦੀ ਤਾਂ ਅੱਕੇ ਹੋਏ ਲੋਕ ਹੋਰ ਕੀ ਕਰਨ ਜੀ? ਅਵਾਰਾ ਪਸ਼ੂ ਕਿਸੇ ਸਾਡੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਰਾਬ ਕਰਦੇ ਨੇ, ਜਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਰੋਡ ਐਕਸੀਡੈਂਟ ਹੁੰਦੇ ਨੇ, ਤਾਂ ਇਹਦਾ ਕੋਈ ਸਥਾਈ ਹੱਲ ਹੀ ਹੈ ਨਹੀਂਗਾ। ਸੋ ਉੱਦਾਂ ਹੀ ਜਿਹੜੇ ਪ੍ਰਾਈਵੇਟ ਲੋਕ ਨੇ ਉਹ ਠੇਕੇ ਲੈ ਕੇ ਗਾਵਾਂ ਚੱਕਦੇ ਨੇ, ਅਤੇ ਜੇਕਰ ਉਹ ਠੇਕੇ ਬੰਦ ਕਰਨੇ ਆ, ਪ੍ਰਾਈਵੇਟ ਠੇਕੇ ਜੇ ਤੁਸੀਂ ਕਹਿੰਦੇ ਹੋ ਵੀ ਉਹ ਨਾ ਆਉਣ ਪਿੰਡਾਂ 'ਚ, ਤਾਂ ਸਰਕਾਰ ਨੂੰ ਆਪ ਇਸ ਦੇ ਉੱਤੇ ਸਥਾਈ ਹੱਲ ਕਰਨਾ ਬਣਦਾ ਵਾ ਜੀ। ਜੀ ਸਹੀ ਗੱਲ ਆ ਜੀ, ਇਹ ਸਰਕਾਰ ਨੂੰ ਇਸ ਚੀਜ਼ ਦਾ ਮੁੱਦਾ, ਜਿਹੜਾ ਇਹ ਮੁੱਦਾ ਚੱਕਿਆ ਵੀਰ ਨੇ, ਉਹਦਾ ਹੱਲ ਲੱਭਣਾ ਚਾਹੀਦਾ ਜੀ। ਸੋ ਵੀਰ, ਅੱਜ ਕੱਲ੍ਹ ਮੈਂ ਦੇਖਿਆ ਵੀ ਨੌਜਵਾਨ ਮੁੰਡੇ ਜਿਹੜੇ ਨੌਕਰੀਆਂ ਤੋਂ ਵਾਂਝੇ ਆ, ਕਿਉਂਕਿ ਆਪਣੀਆਂ ਸਰਕਾਰਾਂ, ਮੈਂ ਕਈ ਵੈਸੇ ਵੀਡੀਓ ਵੀ ਦੇਖਦਾ ਜੀ, ਉਹਦੇ ਵਿੱਚ ਵੀ ਆਉਂਦੇ ਆ ਇਹ ਮੁੱਦੇ, ਹੈ ਨਾ, ਤੁਸੀਂ ਇਹਨਾਂ ਬਾਰੇ ਕੀ ਵਿਸਤਾਰ ਰੂਪ 'ਚ ਕਹਿਣਾ ਚਾਹੋਗੇ? ਦੇਖੋ ਜੀ, ਸਭ ਤੋਂ ਵੱਡੀ ਗੱਲ ਕਿ ਸਾਡੀ ਆਪਣੀ ਗਲਤੀ ਆ ਜੀ। ਤੁਸੀਂ ਮੈਨੂੰ ਕੋਈ ਆਪਣੇ ਪੰਜਾਬ ਦੇ ਵਿੱਚੋਂ ਕੋਈ ਇੱਕ ਲੀਡਰ ਜਾਂ ਤੁਸੀਂ ਕੋਈ ਸਰਪੰਚ ਵੀ ਦਿਖਾ ਦਿਓ ਜਿਹਦਾ ਮੁੰਡਾ ਕੋਈ ਬੇਰੁਜ਼ਗਾਰ ਫਿਰਦਾ ਹੋਵੇ। ਸਰਕਾਰਾਂ ਨੇ ਆਪਦੇ ਜਵਾਕ ਸੈੱਟ ਕਰ ਦਿੱਤੇ ਨੇ, ਆਪਦੇ ਜਵਾਕ ਇਹਨਾਂ ਦੇ ਵਧੀਆ ਪੜ੍ਹਦੇ ਨੇ, ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਨੇ, 4 ਰੁਪਈਏ ਹੈਗੇ ਆ।
ਸੋ ਜਿਹੜੀ ਬੇਰੁਜ਼ਗਾਰੀ ਆ ਇਹ ਸਿਰਫ ਗਰੀਬਾਂ ਦੇ ਘਰੇ ਆ ਅਤੇ ਕਿਸੇ ਤਕੜੇ ਬੰਦੇ ਨੂੰ ਚਾਹੇ ਕੋਈ ਸਿਆਸਤਦਾਨ ਮਾਂ ਚਾਹੇ ਕੋਈ ਸਿਆਸਤਦਾਨ ਦੇ ਨੇੜੇ ਤੇੜੇ ਲੱਗਦਾ ਬੰਦਾ ਵਾ ਕਿਸੇ ਦੇ ਵੀ ਜਵਾਕ ਬੇਰੁਜ਼ਗਾਰ ਨਹੀਂ ਹੈਗੇ ਜੇ ਬੇਰੁਜ਼ਗਾਰ ਵਾ ਉਹ ਗਰੀਬਾਂ ਦੇ ਜਾਂ ਸਾਡੇ ਜੋ ਗਰੀਬ ਕਿਸਾਨ ਨੇ ਉਹਨਾਂ ਦੇ ਜਵਾਕ ਬੇਰੁਜ਼ਗਾਰ ਬੈਠੇ ਨੇ ਜੀ 2022 ਦਾ ਸਮਾਂ ਆਜੂਗਾ ਅਤੇ ਹੁਣ ਦੇਖ ਲਿਓ ਲੋਕ ਤੁਸੀਂ ਬੋਤਲਾਂ ਲੈ ਕੇ ਪੈਸੇ ਲੈ ਕੇ ਕਿਵੇਂ ਵਿਕਦੇ ਆ ਫਿਰ ਅੱਜ ਅਸੀਂ ਕਿੱਥੋਂ ਇਸ ਵਿਸ਼ਿਆਂ ਦੀ ਗੱਲ ਕਰਦੇ ਹਾਂ ਵੀ ਬੇਰੁਜ਼ਗਾਰੀ ਆ ਸਾਡੇ ਪੰਜਾਬ ਦੇ ਵਿੱਚ ਜੇਕਰ ਸਹੀ ਸਰਕਾਰ ਦੀ ਚੋਣ ਹੋਵੇ ਸਰਕਾਰ ਅੱਜ ਨੌਜਵਾਨ ਮੁੰਡੇ ਨੇ ਜੀ ਅੱਜ ਕਿੰਨੇ ਕੁ ਨੌਜਵਾਨ ਮੁੰਡੇ ਨੇ ਜਿਹੜੇ ਅੱਜ ਬੇਰੁਜ਼ਗਾਰੀ ਦੇ ਖਿਲਾਫ ਕਹਿੰਦੇ ਨੇ ਕਿ ਅਸੀਂ ਯਾਰ ਗੱਲ ਕਰਨ ਦੇ ਲਈ ਤਿਆਰ ਬੈਠੇ ਹਾਂ ਸਾਡੇ ਨੌਜਵਾਨ ਉਹਨਾਂ ਨੇ 1.5 GB 2-2 GB ਡਾਟਾ ਪੈਕ ਦੇ ਕੇ ਮੋਬਾਈਲਾਂ ਤੱਕ ਸੀਮਤ ਰੱਖਦਾ ਜੀ ਸਾਡੇ ਜਵਾਕ ਬੈਠੇ ਯੂਟਿਊਬ ਚਲਾਉਂਦੇ ਉਹਨਾਂ ਨੂੰ ਬੇਰੁਜ਼ਗਾਰੀ ਤੋਂ ਸਹਿਸ ਹੀ ਹੈ ਨਹੀਂਗਾ ਸੋ ਜੇਕਰ ਅੱਜ ਬੇਰੁਜ਼ਗਾਰੀ ਕੈਪਟਨ ਸਾਹਿਬ ਨੇ ਵੀ ਲੋਕਾਂ ਦੇ ਨਾਲ ਧੋਖਾ ਕੀਤਾ ਕਿ 2017 ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਨਾਰਾ ਦਿੱਤਾ ਸੀ ਕਿ ਘਰ ਘਰ ਕੈਪਟਨ ਤੁਹਾਨੂੰ ਯਾਦ ਹੋਣਾ ਵਾ ਪਰ ਮੈਂ ਕਹਿੰਦਾ ਕੈਪਟਨ ਸਾਹਿਬ ਘਰ ਘਰ ਕੈਪਟਨ ਨਾ ਸੀ ਤੁਸੀਂ ਘਰ ਘਰ ਚਪੜਾਸੀ ਲਵਾ ਦਿਓ ਸਾਨੂੰ ਘੱਟੋ ਘੱਟ ਸਾਨੂੰ ਨੌਕਰੀਆਂ ਤਾਂ ਦੇ ਦਿਓ ਸੋ ਜੇਕਰ ਬੇਰੁਜ਼ਗਾਰੀ ਦਾ ਹੱਲ ਕਰਨਾ ਪੈਣਾ ਵਾ ਸਭ ਤੋਂ ਪਹਿਲਾਂ ਵਧੀਆ ਸਾਨੂੰ ਸਰਕਾਰ ਚੁਣਨੀ ਪੈਣੀ ਆ ਸੋ ਇਹ ਜਿਹੜੇ ਵਿਸ਼ੇ ਆ ਬੇਰੁਜ਼ਗਾਰੀ ਦਾ ਜਿਹੜਾ ਵਿਸ਼ਾ ਵਾ ਕੁਛ ਕੁ ਮੁੰਡੇ ਆਪਣੇ ਆਪ ਸੈਲਫ ਡਿਪੈਂਡ ਹੋਣ ਨਸ਼ਿਆਂ ਤੋਂ ਰਹਿਤ ਹੋਣ ਕੁਛ ਕੁ ਆਪਣੇ ਆਪ ਦੇ ਉੱਤੇ ਨਿਰਭਰ ਹੋਣ ਅਤੇ ਕੁਛ ਕੁ ਸਰਕਾਰਾਂ ਨੂੰ ਵੀ ਇਹਨਾਂ ਉੱਤੇ ਜ਼ਰੂਰ ਦੇਖਣਾ ਚਾਹੀਦਾ ਜੀ ਸੋ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦੀ ਆ ਕਿ ਜਿਹੜੇ ਮੁੰਡੇ ਜਿੰਨੇ ਕਾਬਲੀਅਤ ਆ ਜੀ ਉਹਨਾਂ ਨੌਕਰੀਆਂ ਦੇਣ ਸੋ ਵੀਰ ਹੁਣ ਇੱਕ ਗੱਲ ਕਰਨ ਜਾ ਰਹੇ ਹਾਂ ਆਪਾਂ ਕਿ ਲੋਕਡਾਊਨ ਦੇ ਦੌਰਾਨ ਸਰਕਾਰਾਂ ਨੇ ਬੜਾ ਕਿਹਾ ਵੀ ਅਸੀਂ ਘਰ ਘਰ ਰਾਸ਼ਨ ਪਹੁੰਚਾਇਆ ਸਰਕਾਰਾਂ ਦੀਆਂ ਫੋਟੋਆਂ ਵੀ ਲਾਈਆਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਤੁਹਾਨੂੰ ਆਪਣੇ ਪਿੰਡ ਦਾ ਮਾਹੌਲ ਪਤਾ ਹੀ ਹੁੰਦਾ ਵੀ ਕਿੱਥੇ ਕੀ ਚੀਜ਼ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਇਹਦੇ ਬਾਰੇ ਸਾਨੂੰ ਦੋ ਗੱਲਾਂ ਜ਼ਰੂਰ ਦੱਸੋ ਜੀ ਬਿਲਕੁਲ ਜੀ ਮੈਂ ਦੇਖੋ ਇਕੱਲੇ ਆਪਣੇ ਪਿੰਡ ਦੀ ਨਹੀਂ ਮੈਂ ਨੇੜੇ ਤੇੜੇ ਜਿਹੜੇ ਲੱਗਦੇ ਪਿੰਡ ਆ ਮੈਂ ਸਾਰਿਆਂ ਦੀ ਗੱਲ ਕਰੂੰਗਾ ਇਹ ਤਾਂ ਇੱਕ ਕੈਪਟਨ ਸਾਹਿਬ ਨੇ ਡਰਾਮਾ ਕੀਤਾ ਵਾ ਜੀ ਜੋ ਇੱਕ ਮੁੱਖ ਮੰਤਰੀ ਰਾਹਤ ਫੰਡ ਉਹਨਾਂ ਨੇ ਇਕੱਠਾ ਕੀਤਾ ਵਾ ਜੇਕਰ ਤੁਸੀਂ ਮੰਨ ਕੇ ਚੱਲੋ ਮੈਂ ਆਪਣੇ ਪਿੰਡ ਦੀ ਗੱਲ ਦੱਸਦਾ ਵਾਂ ਸਾਡੇ ਪਿੰਡ ਦੇ ਵਿੱਚ ਨੀਅਰ ਅਬਾਊਟ 2000 ਤੋਂ 2500 ਇਹੋ ਜਿਹੇ ਬੰਦੇ ਬੈਠੇ ਜਿਹੜੇ ਦਿਹਾੜੀ ਜੋਤਾ ਕਰਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਂਦੇ ਨੇ ਪਰ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਕਿੱਟ ਆਈ ਆ ਉਹ ਵੱਧ ਤੋਂ ਵੱਧ 150 ਆਈ ਹੋਊਗੀ 200 ਆਈ ਹੋਊਗੀ ਇਹ ਤਾਂ ਸਾਡੇ ਪਿੰਡਾਂ ਦੇ ਵਿੱਚ ਲੜਾਈਆਂ ਪਾ ਦੀਆਂ ਜੀ ਕਿੱਟਾਂ ਨੇ ਤਾਂ ਕਿੱਟਾਂ ਜੇਕਰ 200 ਲੋਕਾਂ ਕੋਲ ਪਹੁੰਚੀ ਆ 500 ਜੇ ਮੰਨ ਲਓ ਅੱਜ 2000 ਬੰਦਾ ਸੀ ਸਾਡੇ ਪਿੰਡ ਦੇ ਵਿੱਚ ਤੁਸੀਂ ਕਿੱਟ ਆਈ ਆ ਤੁਸੀਂ ਮੰਨਦੇ ਹੋ ਵੀ ਸਰਕਾਰ ਨੇ ਕਿੱਟਾਂ ਜ਼ਰੂਰ ਭੇਜੀਆਂ ਜੀ ਜੇ ਸਰਕਾਰ ਨੇ ਭੇਜੀਆਂ ਤਾਂ ਆਪਣੇ ਵਿੱਚ ਜਿਹੜੇ ਬੰਦੇ ਆ ਉਹ ਵੀ ਬੇਈਮਾਨੀ ਕਰ ਸਕਦੇ ਜੀ ਇਹਦੇ ਵਿੱਚ ਬਿਲਕੁਲ ਜੀ ਹੋਈਆਂ ਵਾ ਜੀ ਆ ਪਿੰਡਾਂ ਦੇ ਵਿੱਚ ਤੁਸੀਂ ਨਿਊਜ਼ਾਂ ਵੀ ਚੈੱਕ ਕਰ ਲਿਓ ਕਿ ਜੇਕਰ ਕੋਈ ਬੰਦਾ ਸਰਕਾਰੀ ਤਨਖਾਹ ਲੈਂਦਾ ਸੀ ਤੇ ਉਹਨਾਂ ਦੇ ਘਰੇ ਕਿੱਟਾਂ ਪਹੁੰਚ ਕੇ ਜਿਹੜਾ ਬੰਦਾ ਲੋੜਵੰਦ ਬੈਠਾ ਸੀ ਉਹਨਾਂ ਦੇ ਘਰੇ ਕਿੱਟਾਂ ਹੀ ਨਹੀਂ ਪਹੁੰਚੀਆਂ ਸੀ ਇਹ ਤਾਂ ਸਾਰੇ ਵੀਡੀਓ ਸਾਹਿਬ ਨੂੰ ਮੇਰੀ ਗੱਲ ਦੀ ਕਾਲ ਕੀਤੀ ਸੀਗੀ ਤੇ ਮੈਂ ਕਿਹਾ ਕਿ ਵੀਡੀਓ ਸਾਹਿਬ ਜੋ ਸਾਡੇ ਉਰੇ ਸੁਧਾਰ ਦੇ ਵਿੱਚ ਤੈਨਾਤ ਨੇ ਇਸ ਟਾਈਮ ਵੀ ਉਹਨਾਂ ਨੂੰ ਵੀ ਮੈਂ ਗੱਲ ਕੀਤੀ ਵੀਡੀਓ ਸਾਹਿਬ ਕਿੱਟਾਂ ਇਦਾਂ ਦਿੱਤੀਆਂ ਜਾ ਰਹੀਆਂ ਵਾ ਉਹ ਕਹਿੰਦੇ ਯਾਰ ਇਸ ਤਾਂ ਕੁਝ ਕਰ ਨਹੀਂ ਸਕਦੇ ਇਹਦੇ ਵਿੱਚ ਸੋ ਉੱਚ ਅਧਿਕਾਰੀ ਨੇ ਕਰ ਕਿਉਂ ਨਹੀਂ ਸਕਦੇ ਸੋ ਸਾਰਾ ਕੁਝ ਇਹਨਾਂ ਦਾ ਕਰਨ ਦਾ ਫਰਜ਼ ਸੀ ਪਰ ਕਿੱਟਾਂ ਮੁਕੰਮਲ ਤੌਰ ਦੇ ਉੱਤੇ ਪਹੁੰਚੀਆਂ ਨਹੀਂ ਹੈਗੀਆਂ ਪਿੰਡਾਂ ਦੇ ਵਿੱਚ ਲੜਾਈਆਂ ਦੇ ਕਾਰਨ ਬਣੀਆਂ ਇਹ ਕਿੱਟਾਂ ਜੀ 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 ਤੇ ਕੋਈ ਜਾਂਦੇ ਜਾਂਦੇ ਸੰਦੇਸ਼ ਵੀਰ ਜੀ ਸੰਦੇਸ਼ ਤਾਂ ਜੀ ਦੇਖੋ ਮੇਰਾ ਆਹੀ ਆ ਕਿ ਅੱਜ ਜੇਕਰ ਅਸੀਂ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੀ ਗੱਲ ਕਰੀਏ ਮੇਰੀ ਕੋਈ ਔਕਾਤ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਕੋਈ ਸਿੱਖਿਆ ਦੇਵਾਂ ਜਾਂ ਕਿਸੇ ਨੂੰ ਮੈਂ ਕਹਾਂ ਕਿ ਯਾਰ ਤੁਸੀਂ ਇੱਦਾਂ ਕਰੋ ਜਿਵੇਂ ਕਿ ਵਰਿਆਮ ਸਿੰਘ ਸੰਧੂ ਉਹਨਾਂ ਦੀ ਕਿਤਾਬ ਆ ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਅਤੇ ਜਿਹਦੇ ਵਿੱਚ ਸਾਡੇ ਬਾਬਾ ਹਰਭਜਨ ਸਿੰਘ ਚਮੁੰਡਾ ਉਹਨਾਂ ਨੇ ਹਵਾਲਾ ਦਿੱਤਾ ਇਸ ਚੀਜ਼ ਦਾ ਕਿ ਜੋ ਕਰਤਾਰ ਸਿੰਘ ਸਰਾਭਾ ਜੀ ਸੀ ਉਹ ਪਹਿਲੇ ਹਵਾਬਾਜ਼ ਸੀਗੇ ਹਵਾਬਾਜ਼ ਹੋਣ ਦੇ ਨਾਲ ਨਾਲ ਨਿਊਯਾਰਕ ਦੀ ਕੰਪਨੀ ਦੇ ਵਿੱਚ ਉਹਨਾਂ ਨੇ ਜਹਾਜ਼ ਰਿਪੇਅਰ ਕਰਨ ਦਾ ਕੰਮ ਵੀ ਸਿੱਖਿਆ ਅਤੇ ਉਸ ਤੋਂ ਬਾਅਦ ਭਾਈ ਭਗਵਾਨ ਸਿੰਘ ਨੇ ਹਵਾਲਾ ਦਿੱਤਾ ਕਿ ਪਹਿਲੇ ਪੱਤਰਕਾਰ ਰਹੇ ਸੋ ਉਹਨਾਂ ਦੀਆਂ ਜੀਵਨੀਆਂ ਬਾਰੇ ਪੜ੍ਹੋ ਅਤੇ ਤੁਹਾਨੂੰ ਉਹ ਆਪ ਸਿੱਖਿਆ ਦੇਣਗੇ ਕਿ ਤੁਹਾਨੂੰ ਨੌਜਵਾਨੀ ਨੂੰ ਅੱਗੇ ਜਾ ਕੇ ਕੀ ਕਰਨਾ ਪਊਗਾ ਜੀ ਸੋ ਦੋਸਤੋ ਪੰਜਾਬ ਦੇ ਭਵਿੱਖ ਬਾਰੇ ਆਪਾਂ ਗੱਲਬਾਤ ਕੀਤੀ ਸੋ ਮੁੰਡੇ ਨੌਕਰੀਆਂ ਤੋਂ ਵਾਂਝਿਆ ਸਾਡੀ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਬਾਰੇ ਜ਼ਰੂਰ ਇਹਨਾਂ ਦੀਆਂ ਗੱਲਾਂ ਨੂੰ ਗੌਰ ਕੀਤਾ ਜਾਵੇ ਜੀ ਸੋ ਮੈਂ ਅਮੇਜ਼ਨ ਟੀਵੀ ਤੋਂ ਰਾਜੂ ਧਾਲੀਵਾਲ ਸੋ ਧੰਨਵਾਦ ਜੀ ਸਾਰਿਆਂ ਦਾ ਸੁਖਵਿੰਦਰ ਹਲਵਾਰਾ ਜਿਨ੍ਹਾਂ ਨੇ ਏਅਰਪੋਰਟ ਅਵਾਰਾ ਪਸ਼ੂਆਂ ਅਤੇ ਬੇਰੁਜ਼ਗਾਰੀ ਮੁੱਦੇ ਦੀ ਗੱਲ ਕੀਤੀ ਸੋ ਅਗਲੀ ਵਾਰ ਕਿਸੇ ਹੋਰ ਵੀਰ ਨਵੇਂ ਚਿਹਰੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਸੋ ਮੈਂ ਤੁਹਾਡਾ ਰਾਜੂ ਧਾਲੀਵਾਲ ਮੇਰੇ ਨਾਲ ਮੇਰਾ ਵੀਰ ਪ੍ਰਦੀਪ ਚੌਹਾਨ ਕੈਮਰਾਮੈਨ ਸੋ ਸਾਨੂੰ ਦੋ ਇਜਾਜ਼ਤ ਦੇਖਦੇ ਰਹੋ ਅਮੇਜ਼ਨ ਟੀਵੀ